the time for the things to get into the mind of the guy, only then you can react to that. I mean, responsible होना ना काम. ऐसी ऐसे बैठे हैं बाहर को गोली चलाने के लिए करेंगे. वो तो जाके react करेंगे. Urgent request. सारा सारे तो बोला था धन्यवाद कर दें. आज आया ऑडिशन के जवान जो सकाल ने जेड़ा बस स्टैंड के कोल एक लेडी का मर्डर हो गया सीगा. जो जेड़ा हत्यारा सी उन्हें मार के भग गया सीगा. ਕੋਈ ਸਾਡੇ ਪ੍ਰੋਸੈਸਾਂ ਦੀ ਟੀਮ ਐਸ ਡਾਕਟਰ ਸਾਹਿਬ ਐਸ ਪੀ ਡਿਟੈਕਟਿਵ ਤੇ ਡੀ ਐਸ ਪੀ ਸਾਹਿਬ ਦੀਆਂ ਇਹਨਾਂ ਨੇ ਰਿਲੈਂਟਲੈਸ ਮਿਹਨਤ ਕਰਕੇ ਉਹਨੂੰ ਦੋ ਚਾਰ ਘੰਟੇ ਦੇ ਵਿੱਚ ਹੀ ਅਰੈਸਟ ਕਰ ਲਿਆ ਅਤੇ ਆ ਵੈਪਨ ਆਫ ਅਫੈਂਸ ਵੀ ਫੜ ਲਿਆ. ਬੰਦਾ ਅਰੈਸਟ ਕਰ ਲਿਆ ਜਿਹੜੇ ਉਹ ਮੋਟਰਸਾਈਕਲ 'ਤੇ ਆਇਆ ਉਹ ਵੀ ਕੰਫਿਸਕੇਟ ਕਰ ਲਿਆ ਗਿਆ. ਉਸ ਬੰਦੇ ਨੇ ਉਹ ਲੇਡੀ ਦਾ ਜਿਹੜੀ ਡੈਥ ਹੋਈ ਸੀ ਉਹਦਾ ਨਾਂ ਸੀਗਾ ਕੁਲਵਿੰਦਰ ਕੌਰ ਔਰ ਜਿਹੜਾ ਅਫੈਂਡਰ ਹੈ ਉਹਦਾ ਨਾਂ ਹੈਗਾ ਸੁਖਪਾਲ ਸਿੰਘ. ਉਹਨੇ ਅਫੈਂਸ ਲਈ 0.32 ਬੋਰ ਦਾ ਰਿਵਾਲਵਰ ਯੂਜ਼ ਕੀਤਾ ਸੀਗਾ. ਇਹਦੇ ਸੇ ਦਾ ਵੈਪਨ ਹੈ ਯੂਜ਼ ਫੋਰ ਮਰਡਰਿੰਗ ਦਾ ਲੇਡੀ. ਅਤੇ ਬਾਕੀ ਹੈ ਕਿ ਉਹਦੀ ਹਿਸਟਰੀ ਕੱਢ ਕੇ ਦੇਖੀ ਹੈ ਪੁਰਾਣੀ. ਉਹਦੇ 'ਤੇ ਪਹਿਲੇ ਲੁੱਟ ਖੋਹ ਦੇ 13 ਕੇਸਿਸ ਦਰਜ ਨੇ. ਜਿਹੜੀ ਡਿਟੇਲ ਤੁਹਾਨੂੰ ਰਿਟਨ ਫਾਰਮ ਦੇ ਵਿੱਚ ਦੇ ਦਿੱਤੀ ਗਈ ਹੈ. ਉਹ ਐਨੀ ਪਰਟੀਕੁਲਰ ਕੁਐਸਚਨ ਦੈਟ ਯੂ ਵਾਂਟ ਆਸਕ ਔਨ ਦੈਟ ਸਰ. ਜੋ ਸੀਸੀਟੀਵੀ ਲੱਗੇ ਨੇ ਕੈਮਰੇ ਉਹ ਵੀ ਬੰਦ ਸੀ ਇਹ ਤੁਹਾਨੂੰ ਦੱਸਦਾ. ਕਿਉਂਕਿ ਜਦੋਂ ਵੀ ਕਿਤੇ ਫੈਸਲਾ ਹੁੰਦਾ ਨਾ ਇਨੀਸ਼ੀਏਟਿਵ ਆਲਵੇਜ਼ ਲਾਈਕ ਦਾ ਫੈਕਟਰ. ਜਿੱਦਾਂ ਅਸੀਂ ਇੱਥੇ ਬੈਠੇ ਹਾਂ ਰੋਲ ਹੈ ਜੇ ਦੋ ਮੁਲਾਜ਼ਮ ਖੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂ ਪੁਲਿਸ ਦਾ ਹੱਥ ਤਾਂ ਲੋਗੋ ਲੱਗਿਆ ਵਾ, ਪੁਲਿਸ ਤੁਹਾਡੀ ਸੇਵਾ ਵੀ ਹੈ. ਕੀ ਕਹਿੰਦਾ ਜੀ ਉਹ ਲੇਡੀਜ਼ ਜ਼ਖਮੀ ਹੈ ਤੇ ਉਹਨੂੰ ਆਮ ਪਬਲਿਕ ਚੱਕ ਰਹੀ ਹੈ, ਉਹਨਾਂ ਨੇ ਕੋਈ ਐਫਰਟ ਨਹੀਂ ਕੀਤਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਉੱਥੋਂ ਚੱਕ ਕੇ ਜਾਣਾ? ਨਹੀਂ ਨਹੀਂ ਮੈਂ ਤਾਂ ਇੱਕ ਗੱਲ ਤਾਂ ਇਸ ਚੀਜ਼ ਨੂੰ ਤਾਂ ਮੈਂ ਬਿਲਕੁਲ ਐਪਰੀਸ਼ੀਏਟ ਕਰਦਾ ਕਿ ਪਬਲਿਕ ਇਜ਼ ਵੈਰੀ ਵੈਰੀ ਰਿਸਪੋਨਸਿਬਲ. ਜਿਹੜਾ ਮਤਲਬ ਕਿ ਮੈਂ ਵੀ ਕੱਲ ਜਿਹੜਾ ਮਰਡਰ ਹੋਇਆ ਸੀ ਲੇਡੀ ਦਾ ਬੱਸ ਸਟੈਂਡ ਦੇ ਕੋਲ ਕੁਲਵਿੰਦਰ ਕੌਰ, ਉਹ ਅਸੀਂ ਜਿਹੜਾ ਬੰਦਾ ਹੈ ਸੁਖਪਾਲ ਸਿੰਘ ਜਿਹੜੇ ਮਰਡਰ ਕੀਤਾ ਸੀ ਉਹ ਵੀ ਫੜ ਲਿਆ, ਵੈਪਨ ਆਫ ਅਫੈਂਸ ਵੀ ਫੜ ਲਿਆ, ਉਹਦਾ ਮੋਟਰਸਾਈਕਲ ਵੀ ਫੜ ਲਿਆ. ਵੀ ਆਰ ਵੈਰੀਫਾਈਂਗ ਇਹ ਵੈਪਨ ਇਹਦੇ ਕੋਲ ਕਿੱਥੋਂ ਆਇਆ. ਜਦੋਂ ਵੈਰੀਫਾਈ ਕੀਤਾ ਗਿਆ ਇਸ ਬੰਦੇ ਤੇ ਪਹਿਲੇ ਲੁੱਟ ਖੋਹ ਦੇ 13 ਪਰਚੇ ਦਰਜ ਨੇ. ਇਹਦੇ ਵਿੱਚ ਕੋਈ ਗੈਂਗਸਟਰ ਗੁੰਗਸਟਰ ਵਾਲਾ ਕੋਈ ਕੰਮ ਨਹੀਂ, ਉਹ ਲੁੱਟ ਖੋਹ ਵਾਲਾ ਕਰਦਾ ਸੀਗਾ. ਇਹਨਾਂ ਦਾ ਕੀ ਸਬੰਧ ਸੀ ਆਪਸ ਵਿੱਚ? ਆਪ ਤਾਂ ਲੇਡੀ ਵਾਜ ਨੇ ਲਿਵਰ ਰਿਲੇਸ਼ਨਸ਼ਿਪ ਵਿੱਚ ਕਰਦਾ ਹੈ. ਜਿਹੜੀ ਲੇਡੀ ਸੀ ਇਹ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਸੀ ਉਹਦੇ ਬੰਦੇ ਨਾਲ. ਤੋ ਬੰਦਾ ਵੀ ਫੜ ਲਿਆ ਸੁਖਪਾਲ ਜੀ ਨੇ, ਫੈਂਟਰ ਕੀਤਾ ਸੀਗਾ ਫੈਂਟਰ ਕੀਤਾ ਸੀਗਾ ਤੇ ਨਾਲੇ ਇਹ ਗੱਲ ਵੀ ਫੜ ਲਿਆ. ਇਹ ਲੜਕੀ ਦਾ ਕੀ ਲੱਗਦਾ ਸੀ ਲੇਡੀਜ਼ ਦਾ ਜਿਹੜਾ ਇਹਦਾ ਲਿਵਿੰਗ ਰਿਲੇਸ਼ਨਸ਼ਿਪ ਰਹਿੰਦਾ ਸੀਗਾ? ਫਿਰ ਕੋਈ ਇਤਫਾਕ ਦੀ ਕਮੀ ਹੋ ਗਈ ਕਿਸੇ ਦੁਸ਼ਮਣ ਬਣ ਗਿਆ? ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲਾ ਇਹ ਲੜਕੇ ਦੇ ਦਰਜ ਕਰਵਾਇਆ ਗਿਆ ਸੀ? ਮਾਮਲੇ ਤੇ ਸੀ ਲੇਡੀ ਨੇ ਐਕਚੁਅਲੀ ਦਾ ਭਾਂਜਾ ਸੀਗਾ, ਇਹਨੇ ਇਹਦੇ ਤੇ 376 ਦਾ ਪਰਚਾ ਦਰਜ ਕਰਵਾਇਆ ਸੀ ਪਹਿਲਾਂ. ਫਿਰ ਇਹਨਾਂ ਦਾ ਕੋਈ ਰਾਜੀਨਾਮਾ ਹੋ ਗਿਆ, ਫਿਰ ਉਹ ਇਸ ਰਫਾ ਦਫਾ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਹੁਣ ਇਹਨਾਂ ਦੇ ਇਤਫਾਕ ਨਹੀਂ ਰਿਹਾ ਫਿਰ ਇਹਨਾਂ ਨੇ ਲੜਾਈ ਦੇ ਸਰਾਂ ਦੀ ਹੈ ਜਿਹੜੇ ਪਿੰਡ ਤੋਂ ਫੜਾਈ ਲੱਗੀ ਰਿੰਗ ਰੋਡ ਤੋਂ. ਇਹਦਾ ਤੁਹਾਨੂੰ ਡਿਟੇਲ ਦੱਸ ਦਿੱਤੀ ਨਾ ਵੈਪਨ ਇਹਦਾ ਆਪਦਾ ਕਿ ਕਿਸੇ ਦਾ? ਇਹ ਹਾਲੇ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਇਹਦਾ ਇਹ ਲਾਇਸੈਂਸ ਵੈਪਨ ਹੈ, ਇਹਦੇ ਨਾਂ ਦੇ ਤਾਂ ਕੋਈ ਵੈਪਨ ਨਹੀਂ ਹੈਗਾ, ਪਰ ਲੇਕਿਨ ਇਹ ਕਿਸੇ ਤੋਂ ਜ਼ਰੂਰ ਲੱਗ ਗਿਆ ਪਤਾ ਲੱਗ ਜਾਏਗਾ. ਸਰ ਇਹਦੇ ਪਿੱਛੇ ਇੱਕ ਜਿਹੜਾ 376 ਵਾਲਾ ਮਾਮਲਾ, ਉਹ ਚ ਇੱਕ ਪਿੱਛੋਂ ਜਿਹੜਾ ਪਿਛੋਕੜੇ ਲੱਗ ਰਿਹਾ ਵੀ ਲੜਕੀ ਨੇ ਤਾਂ ਸਮਝੌਤਾ ਕੀਤਾ ਸੀ ਉਹ ਪ੍ਰਾਪਰਟੀ ਆਪਣੇ ਨਾਂ ਕਰਾਈ ਨਹੀਂ ਦੇ ਸੀ. ਪਾਰਟ ਆਫ ਇਨਵੈਸਟੀਗੇਸ਼ਨ ਨਾਲ ਆਏ ਦੋ ਆਰਡਰ ਕਮੈਂਟ ਪਾਉਂਦਾ ਤੇ ਦੇ ਚ ਪਤਾ ਲੱਗ ਜਾਏਗਾ ਜਦੋਂ ਡਿਪਟੀ ਸਾਹਿਬ ਦੇਖਣਗੇ ਔਰ ਫਾਈਂਡ ਆਊਟ ਦਾ ਡਿਟੇਲ ਫੋਰ ਇਹ ਦੋ ਵਾਲਾ ਦੋ ਬੰਦੇ ਸੀ ਕਿੱਥੇ? ਹਾਂ ਤਾਂ ਕਿਹਾ ਸੀ ਇੱਕੋ ਫੜਿਆ, ਜੇ ਦੋ ਜਾਂ ਤਿੰਨ ਹੋਣਗੇ ਤਾਂ ਕੋਈ ਅਸਿਸਟ ਕਰਦਾ ਹੋਊਗਾ ਜਾਂ ਕੋਈ ਕਸਟਡੀ ਉਠਾਊਗਾ ਉਹਨੂੰ ਦੇਖ ਲਾ ਤੇ ਫੜੀ ਲਿਆ